الحمد لله وحده والصلاة والسلام على من لا نبي بعد أما بعد أعوذ بالله السميع العليم من الشيطان الرجيم بسم الله الرحمن الرحيم ما أريد إلا الإصلاح وما توفيقي إلا بالله عليه توكلت وإليه أنيب صدق اللہ العظیم. میرا کوئی ارادہ دنیا داری نمود و نمائش نہیں الا الاصلاح معاشرے دی درستگی اصلاح کامیابی دا طور طریقہ انہوں اپنانا. فرمایا میں اپنی مرضی نال نہیں وما توفیق الا باللہ اللہ دی توفیق نال ਉਹਦੇ 'ਤੇ ਤਵੱਕਲ ਭਰੋਸਾ ਉਹਦੇ ਵੱਲ ਹੀ ਦੁਨੀਆ ਤੋਂ ਤੁਰ ਕੇ ਜਾਣਾ ਹੈ. ਕੁਛ ਬਾਤਾਂ ਮੇਰੀਆਂ ਕੜਵੀਆਂ ਵੀ ਤੁਹਾਨੂੰ ਗੁੱਸਾ ਵੀ. ਮੈਂ ਮੋਹਤਰਮ ਆਪਣੇ ਮੁਅੱਜ਼ਜ਼ ਮਹਿਮਾਨ ਅੱਲਾ ਕਰੀਮ ਇਹਨਾਂ ਦੀ ਜ਼ਿੰਦਗੀ 'ਚ ਖੈਰੋ ਬਰਕਤ ਨਾਜ਼ਰ ਫਰਮਾਏ, ਸਿਹਤ ਵਾਲੀ ਜ਼ਿੰਦਗੀ 'ਤੇ ਇਹਨਾਂ ਦਾ ਆਉਣਾ ਅੱਲਾ ਕਬੂਲ ਫਰਮਾਏ, ਤੁਹਾਡਾ ਵੀ ਆਉਣਾ ਕਬੂਲ ਫਰਮਾਏ, ਇਹਨਾਂ ਦਾ ਸੁਣਾਉਣਾ ਅਤੇ ਸਾਡਾ ਅੱਲਾ ਕਬੂਲ ਫਰਮਾਏ ਸੁਣਨਾ. ਅਗਰ ਮੈਂ ਅਤੇ ਤੁਸੀਂ ਸੁਣ ਕੇ ਕੱਪੜੇ ਝਾੜ ਕੇ ਚਲੇ ਗਏ ਕੁਛ ਫਾਇਦਾ ਨਾ ਹੋਇਆ. ਬਾਤ ਇਸਲਾਹ ਦੀ ਸੁਣੀਏ, ਆਪਣੇ ਦਿਲ ਜਗ੍ਹਾ ਦਈਏ, ਉਹਦੇ 'ਤੇ ਅਮਲ ਕਰੀਏ, ਫਿਰ ਨਜਾਤ ਅਤੇ ਕਾਮਯਾਬੀ. ਸੁਣਿਆ ਵਾਹ ਵਾਹ ਵਾਹ, ਬੱਲੇ ਬੱਲੇ ਬੱਲੇ, ਅੱਜ 10 ਨਿਕਲ ਗਈ, ਬੜਾ ਮਜ਼ਾ ਆਇਆ. ਇਸ ਖਿਤਾਬ ਦਾ ਕੋਈ ਫਾਇਦਾ ਨਹੀਂ. ਕਲਾਮ ਉਹ ਜਿਹੜਾ ਦਿਲ 'ਚ ਬੈਠ ਜਾਏ, ਆਏ ਹਾਂ ਕੁਛ ਲੈਣ ਆਏ ਹਾਂ, ਆਏ ਹਾਂ ਕੁਛ ਲੈਣ ਆਏ ਹਾਂ, ਜਾੜ ਕੇ ਕੱਪੜੇ ਵਾਪਸ ਨਹੀਂ ਜਾਣਾ. ਕਿਹਾ ਮੈਂ ਔਰ ਤੁਸੀਂ ਆਪਣੀ ਜ਼ਿੰਦਗੀ 'ਚ ਅਸੀਂ ਹਮੇਸ਼ਾ ਸੱਚ ਬੋਲਦੇ ਹਾਂ. ਕੋਈ ਇਨਸਾਨ ਇਸ ਵਕਤ ਹੈ ਇਸ ਮਜਲਸ ਦੇ ਕਹੇ ਮੈਂ ਕਦੀ ਝੂਠ ਨਹੀਂ ਬੋਲਿਆ? ਅਸੀਂ ਕਹਿੰਦੇ ਕਾਰੋਬਾਰ ਹੀ ਨਹੀਂ ਚੱਲਦਾ, ਝੂਠ ਨਾ ਬੋਲੀਏ. ਔਰ ਭਾਈ ਝੂਠ ਬੋਲੀਏ ਤਾਂ ਰਿਜ਼ਕ ਦੀ ਬਰਕਤ ਖਤਮ ਹੋ ਗਈ. ਖਿਆਨਤ ਅਸੀਂ ਕਰਦੇ, ਨਮਾਜ਼ ਅਸੀਂ ਨਹੀਂ ਪੜ੍ਹਦੇ. ਆਹ ਮਾਸ਼ਾਅੱਲਾ ਜਮਾਤ ਹੋਈਏ, ਆਹ ਕਿੰਨੇ ਮੇਰੇ ਬੱਚੇ ਆਏ ਨੇ ਨਮਾਜ਼ ਤੋਂ ਬਾਅਦ ਆਏ ਨੇ, ਨਮਾਜ਼ ਉਹਨਾਂ ਵੀ ਨਹੀਂ ਪੜ੍ਹੀ. ਖਿਤਾਬ ਸੁਣਿਆ ਹੈ, ਨਮਾਜ਼ ਨਹੀਂ ਪੜ੍ਹੀ. ਜਦਕਿ ਇਸਲਾਮ ਦਾ ਸਭ ਤੋਂ ਪਹਿਲਾ ਔਰ ਅਹਿਮ ਤਰੀਨ ਰੁਕਨ ਨਮਾਜ਼. ਬੇਨਮਾਜ਼ ਆਦਮੀ ਚਾਹੇ ਆਲਮ ਏ, ਹਾਫਿਜ਼ ਏ, ਕਾਰੀ ਏ, ਹਾਜੀ ਹੈ, ਬੇਨਮਾਜ਼ ਉਹ ਪੱਕਾ ਜਹਨਮੀ ਹੈ, ਜੰਨਤ 'ਤੇ ਚਲੀ ਜਾਏਗਾ. ਕਿਉਂ ਜਦੋਂ ਪੱਕਾ ਜਹਨਮੀ ਬੇਨਮਾਜ਼ ਆਦਮੀ, ਮਾਂ ਸਾਲਾ ਕੋਕੋਂ ਫੀ ਸ਼ਕਰ, ਤੁਸੀਂ ਜਹਨਮ ਵਿੱਚ ਕਿਉਂ ਆਇਓ? ਕਾਲੂ ਲੰਬ ਨਾ ਕੋ ਮਿਲਣ ਮੁਸੱਲੀ, ਅਸੀਂ ਨਮਾਜ਼ੀ ਨਹੀਂ ਸਾਂ. ਜ਼ਰੂਰਤ ਹੈ ਕਿ ਅਸੀਂ 5 ਵਕਤ ਦੇ ਬਾ ਜਮਾਤ ਨਮਾਜ਼ੀ ਬਣਾਈਏ. ਅੱਲਾ ਕਰੀਮ ਤੁਹਾਡੀਆਂ ਮਿਹਨਤਾਂ ਕਬੂਲ ਫਰਮਾ. ਹਜ਼ਰਤ ਰਾਤ ਸਾਡੀ ਬਜ ਰਹੀ ਹੈ, ਉਹ ਰੋਡ 'ਤੇ ਉਤਰੀ ਹੈ, ਰਾਤ ਨੂੰ ਸਿਰਾਂ 'ਤੇ ਅਸੀਂ ਡੋ ਕੇ ਇੱਥੇ ਲਿਆਂਦੀ. ਬੱਚੀਆਂ ਬੱਚਿਆਂ ਨਿੱਕੇ ਨਿੱਕੇ ਬੱਚੇ ਮੇਰੇ ਨਾਲ ਸਨ, ਖਵਾਤੀਨ ਵੀ ਔਰ ਮਰਦਾਂ ਵੀ. ਇਹ ਤੁਸੀਂ ਮਸਜਿਦ ਬਣਾਈ, ਅੱਲਾ ਕਬੂਲ ਫਰਮਾਏ. ਕਾਹਦੇ ਵਾਸਤੇ ਬਣਾਈ ਹੈ? ਆਬਾਦ ਕਰਨ ਨੂੰ. ਘਰ ਬਣਾ ਲਈਏ ਤਾਂ ਘਰ ਵਿੱਚ ਵਸੋ ਨਾ ਕਰੀਏ, ਉਹ ਘਰ ਚੰਗਾ ਲੱਗਦਾ? ਨਮਾਜ਼ ਬਣਾਈ ਮਸਜਿਦ, ਨਮਾਜ਼ ਨਹੀਂ ਪੜ੍ਹਦੇ ਤੁਸੀਂ, ਫਾਇਦਾ ਕੀ ਆ ਮਸਜਿਦ ਬਣਾਉਣ ਦਾ? ਅੱਲਾ ਪਾਕ ਕਬੂਲ ਫਰਮਾਏ ਤਾਂ ਤੌਫੀਕ ਦੇ. ਹਰ ਭਾਈ ਹਰ ਬੇਟਾ ਅੱਜ ਪੱਕਾ ਵਾਅਦਾ ਕਰੇ, ਯਾ ਅੱਲਾ ਜਬ ਤੱਕ ਜ਼ਿੰਦਗੀ ਹੈ ਨਮਾਜ਼ 5 ਵਕਤ ਹੀ ਪੜ੍ਹਾਂਗਾ, ਫਿਰ ਮੇਰਾ ਤਾਂ ਤੁਹਾਡਾ ਇਨਸ਼ਾਅੱਲਾ ਕਾਮਯਾਬੀ ਹੈ, ਅੱਲਾ ਦੇ ਫਜ਼ਲੋ ਕਰਮ ਨਾਲ. ਅਤੇ ਜੇ ਨਮਾਜ਼ ਨਹੀਂ ਪੜ੍ਹਨੀ, ਹਜ਼ਰਤ ਨਹੀਂ 5-7 ਖਤੀਬ ਵੀ ਹੋਰ ਲੈ ਆਈਏ ਅਤੇ ਸੁਣ ਲਈਏ, ਅਤੇ ਉਸ ਸੁਣਨ ਬਾਅਦ ਦਾ ਫਾਇਦਾ ਕੋਈ ਨਹੀਂ. 5 ਵਕਤ ਨਮਾਜ਼ ਬਾ ਜਮਾਤ. ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਅੱਲਾ ਤੁਹਾਨੂੰ ਜਜ਼ਾਇ ਖੈਰ ਦੇਵੇ. ਮੈਂ ਘਰੋਂ ਹੀ ਕੱਢ ਲਿਆਉਂਦਾ, ਤੁਹਾਨੂੰ ਲੜ ਵੀ ਲੈਂਦਾ, ਮਾਰ ਵੀ ਲੈਂਦਾ, ਥੱਪੜ ਵੀ ਮਾਰ ਲੈਂਦਾ.
ਤੁਸੀਂ ਕਬੂਲ ਕਰ ਲੈਂਦੇ ਹੋ, ਇਹ ਤੁਹਾਨੂੰ ਅੱਲਾ ਦਾ ਅਜਰ ਦੇਵੇ, ਤੁਸੀਂ ਇੱਜ਼ਤ ਕਰਦੇ ਹੋ। ਮੈਨੂੰ ਪੁੱਛਿਆ ਜਾਣਾ ਕਿਆਮਤ ਵਾਲੇ ਦਿਨ ਤਾਂ ਤੂੰ ਇਹਨਾਂ ਨਮਾਜ਼ ਦਾ ਸਬਕ ਕਿਉਂ ਨਹੀਂ ਦਿੱਤਾ, ਨਮਾਜ਼ ਦਾ ਕਿਹਾ ਕੋਈ ਨਹੀਂ, ਔਰ ਅਲਹਮਦੁਲਿਲਾ ਮੈਂ ਘਰ ਘਰ ਤੁਰ ਕੇ ਜਾ ਕੇ ਕਿਹਾ ਵੀ ਆਓ ਨਮਾਜ਼ 'ਤੇ ਆਓ। ਮੈਂ ਆਪਣਾ ਫਰੀਦਾ ਅੱਲਾ ਦੇ ਹਾਂ ਅਦਾ ਕੀਤਾ, ਤੁਹਾਡੇ 'ਤੇ ਇਸ਼ਾਨ ਨਹੀਂ, ਅੱਲਾ ਤੂੰ ਅਜਰ ਲੈਣ ਵਾਸਤੇ ਆਪਣੀ ਰਜਾਤ ਵਾਸਤੇ। ਨਮਾਜ਼ ਦੀ ਪਾਬੰਦੀ, ਦੂਸਰੀ ਬਾਤ, ਮੈਂ ਜ਼ਿਆਦਾ ਦੇਰ ਹਾਇਲ ਨਹੀਂ ਹੋਣਾ ਚਾਹੁੰਦਾ, ਤੁਹਾਨੂੰ ਬੜਾ ਗੁੱਸਾ ਆ ਰਿਹਾ। ਮੈਂ ਹਜ਼ਰਤ ਦੇ ਰਿਕੁਐਸਟ ਕੀਤੀ ਹੈ, ਗੁਜ਼ਾਰਿਸ਼ ਕੀਤੀ ਹੈ, ਇਹਨਾਂ ਦੀ ਵੀ ਤਾਂ ਤੁਹਾਡੀ ਵੀ, ਸਾਨੂੰ ਐਸਾ ਵਾਜ ਸੁਣਾਓ ਜਿਹਦੇ ਨਾਲ ਅਸੀਂ ਸੱਚ ਬੋਲਣ ਵਾਲੇ ਬਣ ਜਾਈਏ ਅਤੇ ਪੰਜ ਵਕਤ ਦੇ ਨਮਾਜ਼ੀ ਬਣ ਜਾਈਏ। ਸੱਚ ਅਸੀਂ ਨਹੀਂ ਬੋਲਦੇ, ਸੱਚ ਕਿੰਨੇ ਮਾਮਲਾ ਝੂਠ ਬੋਲਦੇ ਹੋ। ਉਸਤਾਦ ਜੀ ਅਸੀਂ ਆਏ, ਕੋਈ ਨਹੀਂ ਆਉਂਦੇ। ਉਸਤਾਦ ਜੀ ਅਸੀਂ ਦਿਹਾੜੀ ਲਾਵਾਂਗੇ, ਕੋਈ ਨਹੀਂ ਲਾਉਂਦੇ। ਮੈਂ ਇੱਥੇ ਤਾਕ ਕਰਦਾ ਰਹਿ ਜਾਂਦਾ, ਮੈਨੂੰ ਦਿਹਾੜੀਆਂ ਪੈਂਦੀਆਂ ਨੇ, ਭਾਈ ਇਹ ਕੰਮ ਨਾ ਕਰੋ। ਅਗਲੀ ਬਾਤ, ਅਗਰ ਤਾਂ ਅਸੀਂ ਮਸਜਿਦ ਬਣਾਉਣੀ ਹੈ ਤਾਂ ਮੈਨੂੰ ਕੱਲ੍ਹ ਤੁਸੀਂ ਦੱਸਣਾ ਵੀ ਲੱਗ ਪਈ ਹੈ, ਜੇ ਨਹੀਂ ਬਣਾਉਣੀ ਤਾਂ ਮੈਂ ਘਰ ਚਲਾ ਜਾਂਦਾ, ਫਿਰ ਸਹੀ। ਤੀਸਰੀ ਬਾਤ, ਮੇਰਾ ਇਰਾਦਾ, ਮੈਂ ਮਦਰਸਾ ਬਣਾਉਣਾ ਚਾਹੁੰਦਾ। ਉਹਦੀ ਉਸਤਾਦ ਦੀ ਤਨਖਾਹ ਤੁਹਾਡੇ ਜ਼ਿੰਮੇ ਨਹੀਂ, ਉਹਨੂੰ ਅੱਲਾਹ ਦਾ ਰਿਜ਼ਕ ਦੇਗਾ। ਮੈਨੂੰ ਤੁਹਾਡੇ ਬੱਚੇ ਚਾਹੀਦੇ ਨੇ ਅਤੇ ਤੁਸੀਂ ਚਾਹੀਦੇ ਹੋ, ਤੁਹਾਡੀ ਜ਼ਰੂਰਤ, ਤੁਹਾਡੇ ਬੱਚਿਆਂ ਦੀ ਜ਼ਰੂਰਤ, ਤੁਹਾਡੀ ਨਮਾਜ਼ ਦਰੁਸਤ ਹੋ ਜਾਏ, ਮੇਰੀ ਕਾਮਯਾਬੀ। ਸੁਨਤ ਦੇ ਮੁਤਾਬਕ ਨਮਾਜ਼ ਪੜ੍ਹ ਲਓ, ਇਹ ਕਾਮਯਾਬੀ। ਤੁਸੀਂ ਅੱਲਾਹ ਕਰੇ ਦੌਲਤ ਤੋਂ ਬਚ ਜਾਓ ਅਤੇ ਮੇਰੇ ਵੀ ਇਨਸ਼ਾਅੱਲਾ ਨਜਾਤ। ਅੱਲਾਹ ਤਾਲਾ ਮੇਰੇ ਅਤੇ ਤੁਹਾਡੇ ਦਿਲ ਦੇ ਇਰਾਦਿਆਂ ਨੂੰ ਕਬੂਲ ਫਰਮਾਏ ਔਰ ਇਖਲਾਸ ਨਸੀਬ ਫਰਮਾਏ। ਰੱਬਾ ਨਾਥ ਕਬਲ ਮਿਨਾ ਇਨਾ ਕੰਤ ਸਮੀ ਅਲੀ ਵਮਾ ਅਲੈਨਾ ਬਲਾਗੁਲ ਮਬੀਨ। ਅਸਲਾਮ ਅਲੈਕੁਮ।